ਹੈਲੋ ਆਲ ਆਫ ਯੂ, ਆਈ ਹੋਪ ਕਿ ਤੁਸੀਂ ਸਾਰੇ ਜਣੇ ਠੀਕ ਠਾਕ ਹੋਵੋਗੇ। ਅੱਜ ਦੀ ਇਹ ਵੀਡੀਓ ਸੰਬੰਧਿਤ ਹੈ ਜੀ ਤੁਹਾਡੀ ਡੇਟ ਸ਼ੀਟ ਦੇ ਨਾਲ। ਬੀ ਐਡ ਜੋ ਸਟੂਡੈਂਟ ਕਰ ਰਹੇ ਆ ਜੀ, ਬੀ ਐਡ 2 ਈਅਰ ਕੋਰਸ ਕਰ ਰਹੇ ਆ, ਬੀ ਐਡ ਜਰਨਲ ਕਰ ਰਹੇ ਆ ਜੀ, ਉਹਨਾਂ ਸਟੂਡੈਂਟਸ ਦੀ ਜਿਹੜੀ ਡੇਟ ਸ਼ੀਟ ਹੈ ਜੀ ਉਹ ਜਾਰੀ ਹੋ ਚੁੱਕੀ ਹੈ। ਬਹੁਤ ਸਾਰੇ ਸਟੂਡੈਂਟਸ ਨੂੰ ਇਸ ਦੇ ਬਾਰੇ ਦੇ ਵਿੱਚ ਪਤਾ ਲੱਗ ਚੁੱਕਿਆ ਹੋਵੇਗਾ। ਸੋ ਬਹੁਤ ਸਾਰੇ ਜਿਹੜੇ ਸਟੂਡੈਂਟਸ ਆ ਜਿਨ੍ਹਾਂ ਨੂੰ ਨਹੀਂ ਜਿਹੜੀ ਇਨਫੋਰਮੇਸ਼ਨ ਮਿਲੀ ਤਾਂ ਉਹਨਾਂ ਦੇ ਲਈ ਵੀ ਹੈਲਪਫੁਲ ਰਹੇਗੀ। ਜਿਨ੍ਹਾਂ ਨੂੰ ਪਤਾ ਲੱਗ ਚੁੱਕਿਆ ਜੀ ਡੇਟ ਸ਼ੀਟ ਆ ਚੁੱਕੀ ਹੈ, ਉਹਨਾਂ ਦੇ ਲਈ ਹੈਲਪਫੁਲ ਰਹੇਗੀ। ਸੋ ਤੁਸੀਂ ਦੇਖ ਸਕਦੇ ਹੋ ਜੀ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀ ਵੈਬਸਾਈਟ ਜਿਹੜੀ ਆ ਉਹ ਸਾਹਮਣੇ ਜਿਹੜੀ ਤੁਹਾਨੂੰ ਸ਼ੋ ਹੋ ਰਹੀ ਹੈ ਉਹ ਓਪਨ ਹੋਈ ਹੋਈ ਹੈ। ਸੋ ਬੀ ਐਡ ਸੈਕਿੰਡ ਸਮੈਸਟਰ ਅਤੇ ਬੀ ਐਡ ਫੋਰਥ ਸਮੈਸਟਰ ਦੋਨਾਂ ਦੀ ਜਿਹੜੀ ਡੇਟ ਸ਼ੀਟ ਹੈ ਜੀ ਉਹ ਜਾਰੀ ਕਰ ਦਿੱਤੀ ਗਈ ਹੈ ਜੀ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ। ਨਹੀਂ ਤੁਹਾਡੇ ਪ੍ਰੈਕਟੀਕਲ ਦੇ ਨਾਲ ਸੰਬੰਧਿਤ ਪਹਿਲਾਂ ਹੀ ਇਹਨਾਂ ਨੇ ਜਿਹੜੀ ਹੈ ਡੇਟ ਸ਼ੀਟ ਹੈ ਜਿਹੜੀ ਜਾਰੀ ਕਰ ਦਿੱਤੀ ਸੀਗੀ। ਠੀਕ ਹੈ, ਤੁਸੀਂ ਪ੍ਰੈਕਟੀਕਲ ਦੇ ਵਿੱਚ ਦੇਖਦੇ ਹੋ ਸ਼ਡਿਊਲ ਆਫ ਪ੍ਰੈਕਟੀਕਲ ਐਗਜ਼ਾਮੀਨੇਸ਼ਨ ਫੋਰ ਬੀ ਐਡ ਜਰਨਲ, ਇਹਦੀ ਮੈਂ ਵੀਡੀਓ ਅਪਲੋਡ ਕਰ ਦਿੱਤੀ ਹੈ ਤੁਹਾਡੇ ਪ੍ਰੈਕਟੀਕਲ ਦੇ ਨਾਲ ਸੰਬੰਧਿਤ। ਠੀਕ ਹੈ, ਬੀ ਐਡ ਸੈਕਿੰਡ ਅਤੇ ਫੋਰਥ ਸਮੈਸਟਰ ਦੋਨਾਂ ਦੇ। ਅਤੇ ਅੱਜ ਜਿਹੜੀ ਆਪਾਂ ਗੱਲ ਕਰਨੀ ਹੈ ਜੀ ਤੁਹਾਡੀ ਡੇਟ ਸ਼ੀਟ ਦੇ ਨਾਲ ਸੰਬੰਧਿਤ ਕਰਨੀ ਹੈ, ਤੁਸੀਂ ਜਾਣਾ ਜੀ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀ, ਤੁਸੀਂ ਲਿਖਣਾ PUCHD ਡੇਟ ਸ਼ੀਟ, ਤਾਂ ਜਿਹੜਾ ਵੀ ਫਸਟ ਵੈਬਸਾਈਟ ਆਪ ਗਈ ਉਹਦੇ 'ਤੇ ਕਲਿੱਕ ਕਰਨਾ। ਕਲਿੱਕ ਕਰਨ ਤੋਂ ਬਾਅਦ ਤੁਸੀਂ ਜਾਣਾ ਜੀ ਪ੍ਰੋਫੈਸ਼ਨਲ ਕੋਰਸ ਦੇ ਵਿੱਚ। ਜਦੋਂ ਤੁਸੀਂ ਪ੍ਰੋਫੈਸ਼ਨਲ ਕੋਰਸ 'ਤੇ ਜਿਹੜਾ ਕਲਿੱਕ ਤੁਸੀਂ ਕਰੋਗੇ ਤਾਂ ਉਸ ਤੋਂ ਬਾਅਦ ਜਿਹੜਾ ਤੁਸੀਂ ਦੇਖੋਗੇ ਜੀ ਤੁਹਾਡੇ ਸਾਹਮਣੇ ਜਿਹੜੀ ਹੈ ਬੈਚਲਰ ਆਫ ਐਜੂਕੇਸ਼ਨ ਬੀ ਐਡ ਸੈਕਿੰਡ ਸਮੈਸਟਰ 2 ਈਅਰ ਕੋਰਸ ਐਗਜ਼ਾਮੀਨੇਸ਼ਨ May 2024, ਬੈਚਲਰ ਆਫ ਐਜੂਕੇਸ਼ਨ ਬੀ ਐਡ ਸੈਕਿੰਡ ਸਮੈਸਟਰ 2 ਈਅਰ ਕੋਰਸ ਐਗਜ਼ਾਮੀਨੇਸ਼ਨ ਟੂ ਬੀ ਹੈਲਡ ਇਨ May 2024। ਨੀਚੇ ਜਿਹੜੀ ਡੇਟ ਸ਼ੀਟ ਸ਼ੋ ਹੋ ਰਹੀ ਹੈ ਜੀ ਇਹ ਬੀ ਐਡ ਫੋਰਥ ਸਮੈਸਟਰ ਦੀ ਹੋ ਰਹੀ ਹੈ। ਆਪਾਂ ਅਲੱਗ ਤੋਂ ਦੋਨੋਂ ਵੀਡੀਓਜ਼ ਮੈਂ ਬਣਾਵਾਂਗੀ। ਬੈਚਲਰ ਆਫ ਐਜੂਕੇਸ਼ਨ ਬੀ ਐਡ ਫੋਰਥ ਸਮੈਸਟਰ 2 ਈਅਰ ਕੋਰਸ ਐਗਜ਼ਾਮੀਨੇਸ਼ਨ May 2024, ਬੈਚਲਰ ਆਫ ਐਜੂਕੇਸ਼ਨ ਬੀ ਐਡ ਫੋਰਥ ਸਮੈਸਟਰ 2 ਈਅਰ ਕੋਰਸ ਐਗਜ਼ਾਮੀਨੇਸ਼ਨ ਟੂ ਬੀ ਹੈਲਡ ਇਨ May 2024। ਸੋ ਇਹ ਦੋਨੋਂ ਡੇਟ ਸ਼ੀਟ ਜਾਰੀ ਹੋ ਚੁੱਕੀਆਂ ਨੇ। ਸਭ ਤੋਂ ਪਹਿਲਾਂ ਆਪਾਂ ਜਿਹੜੀ ਗੱਲ ਕਰਦੇ ਹਾਂ ਜੀ ਬੀ ਐਡ ਸੈਕਿੰਡ ਸਮੈਸਟਰ ਦੇ ਸਟੂਡੈਂਟਸ ਦੇ ਲਈ ਕਰਦੇ ਹਾਂ। ਸੋ ਆਪਾਂ ਇਹਦੇ 'ਤੇ ਜਿਹੜਾ ਕਲਿੱਕ ਹੈ ਜੀ ਉਹ ਕੀਤਾ ਤਾਂ ਕਲਿੱਕ ਕਰਨ ਤੋਂ ਬਾਅਦ ਤੁਹਾਡੇ ਸਾਹਮਣੇ ਜਿਹੜੀ ਡੇਟ ਸ਼ੀਟ ਹੈ ਜੀ ਉਹ ਓਪਨ ਹੋ ਗਈ ਹੈ। ਸੋ ਤੁਸੀਂ ਦੇਖ ਸਕਦੇ ਹੋ ਜੀ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਲਿਖਿਆ ਹੋਇਆ ਜੀ ਡੇਟ ਸ਼ੀਟ ਫੋਰ ਬੈਚਲਰ ਆਫ ਐਜੂਕੇਸ਼ਨ ਬੀ ਐਡ ਸੈਕਿੰਡ ਸਮੈਸਟਰ 2 ਈਅਰ ਕੋਰਸ ਐਗਜ਼ਾਮੀਨੇਸ਼ਨ ਟੂ ਬੀ ਹੈਲਡ ਇਨ May 2024। ਲਾਸਟ ਟਾਈਮ ਦੇ ਵਿੱਚ ਜੋ ਐਗਜ਼ਾਮ ਹੋਏ ਸੀ ਉਹ ਲੇਟ ਹੋਏ ਸੀ, ਐਤਕੀ ਇਲੈਕਸ਼ਨ ਕਰਕੇ ਇਹਨਾਂ ਨੇ ਜਿਹੜੇ ਐਗਜ਼ਾਮ ਹੈ ਉਹ ਜਲਦੀ ਜਿਹੜੇ ਲੈ ਲਏ। ਬਾਕੀ ਜਿਹੜਾ ਕੋਵਿਡ ਕਰਕੇ ਜਿਹੜਾ ਇੱਕ ਸੀਕੁਐਂਸ ਖਰਾਬ ਹੋ ਗਿਆ ਸੀ ਐਗਜ਼ਾਮ ਲੈਣ ਦਾ, ਹੈ ਨਾ, ਕਿ ਲੇਟ ਹੋ ਜਾਂਦੇ ਸੀ ਕਦੇ ਅੱਗੇ ਪਿੱਛੇ, ਸੈਟਿੰਗ ਨਹੀਂ ਸੀ ਆ ਰਹੀ, ਤਾਂ ਉਹਦੇ ਕਰਕੇ ਵੀ ਸੀ। ਸੋ ਜਿਹੜੇ ਹੁਣ ਐਗਜ਼ਾਮ ਹੈ ਜੀ ਮੇ ਦੇ ਵਿੱਚ ਹੋਣ ਜਾ ਰਹੇ ਨੇ। ਠੀਕ ਹੈ, ਲਾਸਟ ਟਾਈਮ ਲੇਟ ਸੀ, ਇਸ ਟਾਈਮ ਮੇ ਦੇ ਵਿੱਚ ਨੇ। ਸੋ ਤੁਹਾਡਾ ਪ੍ਰੈਕਟੀਕਲ ਦੀ ਆ ਚੁੱਕੀ ਹੈ ਡੇਟ ਅਤੇ ਤੁਹਾਡੀ ਡੇਟ ਸ਼ੀਟ ਹੈ ਜੀ। ਆਪਾਂ ਤੁਹਾਡੀ ਡੇਟ ਸ਼ੀਟ ਦੇ ਬਾਰੇ ਦੇ ਵਿੱਚ ਜਿਹੜੀ ਗੱਲ ਹੈ ਉਹ ਕਰ ਲੈਂਦੇ ਹਾਂ ਜੀ। ਸੋ ਫਸਟ ਜਿਹੜਾ ਹੈਗਾ ਜੀ ਤੁਹਾਡਾ, ਆਪਾਂ ਟਾਈਮ ਦੀ ਸਭ ਤੋਂ ਪਹਿਲਾਂ ਜੇਕਰ ਆਪਾਂ ਗੱਲ ਕਰੀਏ ਤਾਂ ਜਿਹੜਾ ਟਾਈਮ ਹੈ ਜੀ ਬੀ ਐਡ ਸੈਕਿੰਡ ਸਮੈਸਟਰ ਦਾ ਉਹ ਹੈਗਾ ਜੀ 9:30 AM to 12:30 PM ਮੋਰਨਿੰਗ ਟਾਈਮ ਤੁਹਾਡੇ ਐਗਜ਼ਾਮ ਹੋਣਗੇ ਜੀ ਬੀ ਐਡ ਸੈਕਿੰਡ ਸਮੈਸਟਰ ਦੇ। ਮੋਰਨਿੰਗ ਟਾਈਮ ਐਗਜ਼ਾਮ ਹੈ ਜੀ 9:30 ਤੋਂ ਤੁਹਾਡਾ ਸਟਾਰਟ ਹੋ ਜਾਵੇ ਕਰੇਗਾ ਐਗਜ਼ਾਮ ਅਤੇ 12:30 ਤੱਕ ਹੋਵੇਗਾ, 9:30 to 12:30 ਤੱਕ ਤੁਹਾਡਾ ਐਗਜ਼ਾਮ ਹੋਵੇਗਾ ਜੀ ਮੋਰਨਿੰਗ। ਠੀਕ ਹੈ, ਤੁਹਾਡੀ ਗੱਲ ਕਰ ਲਈਏ ਤੁਹਾਡੇ ਐਗਜ਼ਾਮ ਦੀ ਤਾਂ ਫਸਟ ਜਿਹੜਾ ਤੁਹਾਡਾ ਐਗਜ਼ਾਮ ਹੈਗਾ ਜੀ ਉਹ ਹੈਗਾ ਜੀ 7 ਮਈ ਨੂੰ, ਟਿਊਜ਼ਡੇ ਨੂੰ। ਕਿਹੜਾ ਐਗਜ਼ਾਮ ਹੈ ਜੀ? ਸੋਸ਼ੀਓਲੋਜੀਕਲ ਬੇਸਿਸ ਆਫ ਐਜੂਕੇਸ਼ਨ। ਠੀਕ ਹੈ ਜੀ, ਸੋਸ਼ੀਓਲੋਜੀਕਲ ਬੇਸਿਸ ਆਫ ਐਜੂਕੇਸ਼ਨ ਤੁਹਾਡਾ ਫਸਟ ਐਗਜ਼ਾਮ ਹੈ ਜੀ ਜਿਹੜਾ 7 ਮਈ ਨੂੰ ਹੋਣ ਜਾ ਰਿਹਾ ਹੈ।
ਉਸ ਤੋਂ ਬਾਅਦ 8 ਮਈ ਨੂੰ ਐਗਜ਼ਾਮ ਹੈਗਾ ਜੀ, 8 ਮਈ ਨੂੰ ਐਗਜ਼ਾਮ ਹੈਗਾ ਜੀ ਪੈਂਡਾਗੋਜੀ ਆਫ ਸੰਸਕ੍ਰਿਤ ਦਾ। ਨਾਲ ਜਿਹੜੇ ਤੁਹਾਡੇ ਆ ਇਹਨਾਂ ਨੇ ਸਬਜੈਕਟ ਜਿਹੜੇ ਆ ਜਿਹੜੇ ਕੋਡ ਆ ਉਹ ਲਿਖਿਆ ਹੋਇਆ, ਅਤੇ ਇੱਧਰ ਤੁਹਾਡਾ ਜਿਹੜਾ ਜਿਹੜਾ ਕੋਰਸ ਕੋਡ ਆ ਉਹ ਲਿਖਿਆ ਹੋਇਆ ਹੈ ਨਾ ਤੁਹਾਡੇ ਸਬਜੈਕਟ ਦਾ। ਸੋ ਪੈਂਡਾਗੋਜੀ ਆਫ ਸੰਸਕ੍ਰਿਤ ਦਾ ਜੀ 8 ਮਈ ਨੂੰ, ਉਹ 8 ਮਈ ਨੂੰ ਹਾਂਜੀ। 9 ਨੂੰ ਤੁਹਾਡਾ ਐਗਜ਼ਾਮ ਹੈਗਾ ਜੀ ਅੰਡਰਸਟੈਂਡਿੰਗ ਦਾ ਲਰਨਰ, 9 ਨੂੰ ਐਗਜ਼ਾਮ ਹੈ ਜੀ ਅੰਡਰਸਟੈਂਡਿੰਗ ਦਾ ਲਰਨਰ। 11 ਨੂੰ ਤੁਹਾਡਾ ਐਗਜ਼ਾਮ ਹੈਗਾ ਜੀ ਅਸੈਸਮੈਂਟ ਫੋਰ ਲਰਨਿੰਗ। ਇਹ ਥੋੜ੍ਹਾ ਜਿਹਾ ਟਫ ਹੁੰਦਾ ਐਗਜ਼ਾਮ, ਬਟ ਆਪਣੀਆਂ ਵੀਡੀਓਜ਼ ਦੇ ਵਿੱਚ ਬਹੁਤ ਸੌਖਾ ਕਰਕੇ ਮੈਂ ਤੁਹਾਨੂੰ ਸਮਝਾਇਆ ਹੋਇਆ। PDF ਬਕਾਇਦਾ ਮੈਂ ਅਪਲੋਡ ਕੀਤੀਆਂ ਹੋਈਆਂ, ਤੁਸੀਂ ਡਾਊਨਲੋਡ ਕਰ ਸਕਦੇ ਹੋ, ਠੀਕ ਹੈ। ਅਸੈਸਮੈਂਟ ਫੋਰ ਲਰਨਿੰਗ ਹੈਗਾ ਜੀ ਤੁਹਾਡਾ 11 ਮਈ ਨੂੰ ਐਗਜ਼ਾਮ। ਉਸ ਤੋਂ ਬਾਅਦ ਆਪਾਂ 13 ਮਈ ਦੀ ਗੱਲ ਕਰੀਏ ਤਾਂ 13 ਮਈ ਨੂੰ ਤੁਹਾਡਾ ਐਗਜ਼ਾਮ ਹੈਗਾ ਜੀ ਕੁਰੀਕੁਲਮਸ ਐਂਡ ਅੰਡਰਸਟੈਂਡਿੰਗ ਦਾ ਡਿਸਿਪਲਨ, 8040 ਕੁਰੀਕੁਲਮਸ ਦਾ ਐਗਜ਼ਾਮ ਹੈ ਜੀ ਤੁਹਾਡਾ, ਠੀਕ ਹੈ ਜੀ। ਨੈਕਸਟ ਤੁਹਾਡਾ ਹੈਗਾ ਜੀ 14 ਤਰੀਕ ਨੂੰ ਤੁਹਾਡਾ ਐਗਜ਼ਾਮ ਹੈਗਾ ਜੀ ਪੈਂਡਾਗੋਜੀ ਆਫ ਫਿਜ਼ੀਕਲ ਐਜੂਕੇਸ਼ਨ 14 ਤਰੀਕ ਨੂੰ। 18 ਮਈ ਨੂੰ ਤੁਹਾਡਾ ਐਗਜ਼ਾਮ ਹੈਗਾ ਜੀ ਸਕੂਲ ਮੈਨੇਜਮੈਂਟ, ਠੀਕ ਹੈ। 20 ਨੂੰ ਕਾਫੀ ਜਿਹੜੇ ਐਗਜ਼ਾਮ ਹੈ ਜੀ, 20 ਦੀ ਆਪਾਂ 20 ਦੇ ਐਗਜ਼ਾਮ ਦੀ ਆਪਾਂ ਗੱਲ ਕਰੀਏ ਤਾਂ 20 ਨੂੰ ਜਿਹੜੇ ਕਾਫੀ ਜਿਹੜੇ ਐਗਜ਼ਾਮ ਹੈ ਉਹ ਹੈਗੇ ਆ ਜੀ, ਸਕਰੀਨ 'ਤੇ ਤੁਹਾਨੂੰ ਸ਼ੋਅ ਹੋ ਰਿਹਾ। ਸੋ ਪੈਂਡਾਗੋਜੀ ਆਫ ਫਿਜ਼ੀਕਲ ਐਜੂਕੇਸ਼ਨ ਦਾ ਐਗਜ਼ਾਮ ਹੈ ਜੀ, ਪੈਂਡਾਗੋਜੀ ਆਫ ਫਿਜ਼ੀਕਲ ਐਜੂਕੇਸ਼ਨ ਦਾ ਐਗਜ਼ਾਮ ਹੈ ਜੀ 20 ਨੂੰ। ਆਪਾਂ 20 ਦੇ ਐਗਜ਼ਾਮ ਦੀ ਗੱਲ ਕਰ ਲੈਂਦੇ ਹਾਂ ਜੀ, ਪੈਂਡਾਗੋਜੀ ਆਫ ਫਿਜ਼ੀਕਲ ਐਜੂਕੇਸ਼ਨ, ਪੈਂਡਾਗੋਜੀ ਆਫ ਐਗਰੀਕਲਚਰ, ਪੈਂਡਾਗੋਜੀ ਆਫ ਹਿਸਟਰੀ, ਪੈਂਡਾਗੋਜੀ ਆਫ ਜੀਓਗ੍ਰਾਫੀ, ਪੈਂਡਾਗੋਜੀ ਆਫ ਪੋਲੀਟੀਕਲ ਸਾਇੰਸ, ਪੈਂਡਾਗੋਜੀ ਆਫ ਪਬਲਿਕ ਐਡਮਿਨਿਸਟ੍ਰੇਸ਼ਨ, ਪੈਂਡਾਗੋਜੀ ਆਫ ਸੋਸ਼ੋਲੋਜੀ, ਪੈਂਡਾਗੋਜੀ ਆਫ ਇਕਨੋਮਿਕਸ, ਸੋ ਪੈਂਡਾਗੋਜੀ ਆਫ ਕੰਪਿਊਟਰ ਸਾਇੰਸ, ਪੈਂਡਾਗੋਜੀ ਆਫ ਹਿਊਮ ਸਾਇੰਸ, ਪੈਂਡਾਗੋਜੀ ਆਫ ਮਿਊਜ਼ਿਕ ਅਤੇ ਪੈਂਡਾਗੋਜੀ ਆਫ ਫਾਈਨ ਆਰਟਸ। ਇਹ ਸਾਰੇ ਦੇ ਸਾਰੇ 20 ਮਈ ਨੂੰ ਤੁਹਾਡੇ ਐਗਜ਼ਾਮ ਹੈ ਉਹ ਹੋਣਗੇ, ਠੀਕ ਹੈ। ਉਸ ਤੋਂ ਬਾਅਦ ਤੁਹਾਡਾ ਹੈਗਾ ਜੀ 21 ਮਈ ਨੂੰ ਐਗਜ਼ਾਮ ਹੈਗਾ ਜੀ ਤੁਹਾਡਾ ਪੈਂਡਾਗੋਜੀ ਆਫ ਮੈਥੇਮੈਟਿਕਸ ਦਾ ਐਗਜ਼ਾਮ ਹੈ ਜੀ। 22 ਮਈ ਨੂੰ ਹੈਗਾ ਜੀ ਪੈਂਡਾਗੋਜੀ ਹਿੰਦੀ ਦਾ, ਠੀਕ ਹੈ ਜੀ, ਪੈਂਡਾਗੋਗੀ ਹਿੰਦੀ ਦਾ ਜੀ। 23 ਮਈ ਨੂੰ ਤੁਹਾਡਾ ਐਗਜ਼ਾਮ ਹੈ ਜੀ ਪੈਂਡਾਗੋਗੀ ਆਫ ਕਾਮਰਸ, ਪੈਂਡਾਗੋਗੀ ਆਫ ਸੋਸ਼ਲ ਸਟੱਡੀਜ਼, ਪੈਂਡਾਗੋਗੀ ਆਫ ਸਾਇੰਸ। 27 ਮਈ ਨੂੰ ਤੁਹਾਡਾ ਐਗਜ਼ਾਮ ਹੈਗਾ ਜੀ ਪੈਂਡਾਗੋਗੀ ਆਫ ਇੰਗਲਿਸ਼। 29 ਮਈ ਨੂੰ ਤੁਹਾਡਾ ਐਗਜ਼ਾਮ ਹੈਗਾ ਜੀ ਪੈਂਡਾਗੋਗੀ ਆਫ ਪੰਜਾਬੀ। 30 ਮਈ ਨੂੰ ਐਗਜ਼ਾਮ ਹੈ ਜੀ ਤੁਹਾਡਾ ਪੈਂਡਾਗੋਗੀ ਆਫ ਲਾਈਫ ਸਾਇੰਸ। ਸੋ ਇਹ ਵਾਲੇ ਤੁਹਾਡੇ ਐਗਜ਼ਾਮ ਹੈ, ਤੁਹਾਡੀ ਡੇਟ ਸ਼ੀਟ ਹੈ ਜੀ, ਠੀਕ ਹੈ, ਜਿਹੜੀ ਕਿ ਜਾਰੀ ਕਰ ਦਿੱਤੀ ਗਈ ਹੈ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨੇ। ਹੁਣ ਆਪਾਂ ਨੋਟਸ ਦੀ ਗੱਲ ਕਰ ਲਈਏ ਕਿ ਕਿਹੜੇ ਕਿਹੜੇ ਨੋਟਸ ਮੈਂ ਤੁਹਾਨੂੰ ਪ੍ਰੋਵਾਈਡ ਕਰਵਾ ਚੁੱਕੀ ਹਾਂ ਅਤੇ ਕਿੰਨੀਆਂ ਕਿੰਨੀਆਂ PDF ਵੀ ਮੈਂ ਤੁਹਾਨੂੰ ਪ੍ਰੋਵਾਈਡ ਕਰਵਾ ਚੁੱਕੀ ਹਾਂ। ਫਸਟ, ਸ਼ਿਸ਼ੋਲੋਜੀਕਲ ਬੇਸਿਸ ਆਫ ਐਜੂਕੇਸ਼ਨ, ਆਪਾਂ ਇਹਦਾ ਜਿਹੜਾ ਕਲਰ ਹੈ ਉਹ ਚੇਂਜ ਕਰ ਲੈਂਦੇ ਹਾਂ। ਕਿਹੜੇ ਕਿਹੜੇ ਜਿਹੜੇ ਆ ਮੈਂ ਤੁਹਾਨੂੰ ਪ੍ਰੋਵਾਈਡ ਕਰਵਾ ਚੁੱਕੀ ਹਾਂ। ਫਸਟ ਜਿਹੜਾ ਤੁਹਾਡਾ ਐਗਜ਼ਾਮ ਹੈ ਜੀ ਸ਼ਿਸ਼ੋਲੋਜੀਕਲ ਬੇਸਿਸ ਆਫ ਐਜੂਕੇਸ਼ਨ, ਕੰਪਲੀਟ 4 ਵੀਡੀਓਜ਼ ਅਪਲੋਡ ਨੇ, ਨੋਟਸ ਦੀਆਂ PDF ਵੀ ਅਪਲੋਡ ਨੇ, ਡਾਊਨਲੋਡ ਤੁਸੀਂ ਕਰ ਸਕਦੇ ਹੋ, ਠੀਕ ਹੈ। ਉਸ ਤੋਂ ਬਾਅਦ ਅੰਡਰਸਟੈਂਡਿੰਗ ਦਾ ਲਰਨਰ, ਨੋਟਸ ਨਹੀਂ ਮੈਂ ਅਪਲੋਡ, ਨਹੀਂ ਵੀਡੀਓ ਹੈਗੀਆਂ ਨਾ ਹੀ ਉਹਨਾਂ ਦੀ PDF ਹੈ ਕੋਈ। ਅਸੈਸਮੈਂਟ ਫੋਰ ਲਰਨਿੰਗ, ਬਿਲਕੁਲ ਜੀ, ਇਹਦੀਆਂ ਜਿਹੜੀ PDF ਵੀ ਅਪਲੋਡ ਹੈ ਅਤੇ ਇਹਦੀਆਂ ਜਿਹੜੀਆਂ ਨੇ ਵੀਡੀਓ ਵੀ ਅਪਲੋਡ ਨੇ, ਅਤੇ ਵੀਡੀਓ ਸਫੀਸੈਂਟ ਰਹਿਣਗੀਆਂ ਤੁਹਾਡੇ ਐਗਜ਼ਾਮ ਦੇ ਲਈ ਅਸੈਸਮੈਂਟ ਫੋਰ ਲਰਨਿੰਗ ਦੀਆਂ। ਉਸ ਤੋਂ ਅੱਗੇ ਕੁਰੀਕੁਲਮਸ ਐਂਡ ਅੰਡਰਸਟੈਂਡਿੰਗ ਦਾ ਡਿਸਿਪਲਨ, ਜਿਹੜਾ ਤੁਹਾਡਾ 13 ਤਰੀਕ ਨੂੰ ਐਗਜ਼ਾਮ ਹੈ, ਇਹਦੀ PDF ਅਤੇ ਵੀਡੀਓ ਸਾਰੀਆਂ ਨੋਟਸ 'ਤੇ ਅਪਲੋਡ ਨੇ। ਉਸ ਤੋਂ ਬਾਅਦ ਤੁਹਾਡਾ 18 ਮਈ ਨੂੰ ਜਿਹੜਾ ਐਗਜ਼ਾਮ ਹੈ ਸ਼ਿਸ਼ੋਲੋਜੀਕਲ ਬੇਸ ਸੋਰੀ ਸੋਸ਼ਲ ਮੈਨੇਜਮੈਂਟ, ਇਹਦੇ ਵੀ PDF ਅਪਲੋਡ ਹੈ ਅਤੇ ਨੋਟਸ ਵੀ ਅਪਲੋਡ ਹੈ। ਇੱਕ ਜਿਹੜਾ ਸਬਜੈਕਟ ਹੈ ਉਹਦੇ ਹੋਰ ਨੋਟਸ ਅਪਲੋਡ ਹੈ ਜੀ, ਉਹ ਹੈਗੇ ਆ ਜੀ
ਸੋਸ਼ਲ ਸਟੱਡੀਜ਼ ਦੇ ਨਾਲ ਸੰਬੰਧਿਤ ਜਿਨ੍ਹਾਂ ਬੱਚਿਆਂ ਕੋਲ ਟੀਚਿੰਗ ਸਬਜੈਕਟ ਹੈਗਾ ਜੀ ਸੋਸ਼ਲ ਸਟੱਡੀਜ਼, 23 ਤਰੀਕ ਨੂੰ ਜਿਹੜਾ ਐਗਜ਼ਾਮ ਹੈ ਜੀ, ਇੱਕ ਇਹਦੀ ਪੂਰੀ ਦੀ ਪੂਰੀ ਜਿਹੜੀ PDF ਹੈ ਉਹ ਅਪਲੋਡ ਹੈ ਅਤੇ ਨੋਟਸ ਵੀ ਅਪਲੋਡ ਹੈ। ਇਹਨਾਂ ਪੰਜ ਸਬਜੈਕਟ ਜਿਹੜੇ ਮੈਂ ਤੁਹਾਨੂੰ ਦੱਸੇ ਨੇ, ਇਹਨਾਂ ਪੰਜ ਸਬਜੈਕਟ ਦੀਆਂ ਜਿਹੜੀਆਂ ਵੀਡੀਓਜ਼ ਅਤੇ ਨੋਟਸ ਅਪਲੋਡ ਨੇ, ਠੀਕ ਹੈ ਜੀ। ਸੋ ਇਹਨਾਂ ਦੀਆਂ PDF ਵੀ ਤੁਹਾਨੂੰ ਮਿਲ ਜਾਣਗੀਆਂ, ਤੁਸੀਂ ਲਿੰਕ ਦੇ ਜਾ ਕੇ ਉਹਨਾਂ ਨੂੰ ਡਾਊਨਲੋਡ ਕਰ ਸਕਦੇ ਹੋ। ਅਤੇ ਉਹੀ ਵੀਡੀਓਜ਼ ਨੂੰ ਮੈਂ ਐਕਸਪਲੇਨ ਕੀਤਾ ਹੋਇਆ ਵਾ, ਪੁਆਇੰਟ ਐਕਸਪਲੇਨ ਕੀਤੇ ਹੋਏ ਨੇ ਆਪਣੇ ਯੂਟਿਊਬ ਚੈਨਲ 'ਤੇ ਨੇ ਸਾਰੀਆਂ ਵੀਡੀਓਜ਼, ਤਾਂ ਤੁਹਾਡੇ ਲਈ ਬਹੁਤ ਹੈਲਪਫੁਲ ਰਹਿਣਗੀਆਂ। 4 ਵੀਡੀਓ 4 ਘੰਟੇ ਲੱਗਣੇ ਆ ਸਿਰਫ, ਤਾਂ ਦੇਖ ਲਓ ਬਹੁਤ ਵਧੀਆ ਰਹਿਣਗੀਆਂ ਤੁਹਾਡੇ ਲਈ, ਠੀਕ ਆ। ਇਹ ਡੇਟ ਸ਼ੀਟ ਸੀ ਜੀ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀ, ਮੈਂ ਇੱਕ ਵਾਰੀ ਫਿਰ ਦੱਸ ਦਿੰਦੀ ਹਾਂ। ਤੁਹਾਡੇ ਮੋਰਨਿੰਗ ਐਗਜ਼ਾਮ ਹੈ ਜੀ 9:30 AM to 12:30 PM, ਠੀਕ ਹੈ। 7 ਮਈ ਨੂੰ ਤੁਹਾਡਾ ਸੋਸ਼ੋਲੋਜੀਕਲ ਦਾ ਪੇਪਰ ਹੈ, ਸੋਸ਼ੋਲੋਜੀਕਲ ਬੇਸਿਸ ਆਫ ਐਜੂਕੇਸ਼ਨ। 8 ਨੂੰ ਤੁਹਾਡਾ ਸੰਸਕ੍ਰਿਤ ਦਾ ਪੇਪਰ ਹੈ, 9 ਨੂੰ ਤੁਹਾਡਾ ਅੰਡਰਸਟੈਂਡਿੰਗ ਦਾ ਲਰਨਰ ਦਾ ਪੇਪਰ ਹੈ, 11 ਨੂੰ ਅਸੈਸਮੈਂਟ ਫੋਰ ਲਰਨਿੰਗ ਦਾ ਪੇਪਰ ਹੈ, 13 ਨੂੰ ਕੁਰੀਕਲਮਸ ਐਂਡ ਅੰਡਰਸਟੈਂਡਿੰਗ ਦਾ ਡਿਸਿਪਲਨ ਪੇਪਰ ਹੈ। ਜੇਕਰ ਆਪਾਂ ਗੱਲ ਕਰੀਏ ਤਾਂ ਜਿਹੜੀ ਛੁੱਟੀ ਅਸੈਸਮੈਂਟ ਫੋਰ ਲਰਨਿੰਗ ਦੇ ਅੱਗੇ ਆ ਗਈ ਹੈ, ਤੁਹਾਨੂੰ ਜਿਨ੍ਹਾਂ ਬੱਚਿਆਂ ਕੋਲ ਸੰਸਕ੍ਰਿਤ ਹੈ ਉਹਨਾਂ ਨੂੰ ਨਹੀਂ ਆਈ, ਠੀਕ ਹੈ। 13 ਨੂੰ ਕੁਰੀਕੁਲਮਸ ਦਾ ਪੇਪਰ ਹੈ, ਇੱਥੇ ਵੀ ਛੁੱਟੀ ਤੁਹਾਨੂੰ ਦੇ ਤੀ ਉਹਨਾਂ ਨੇ। 18 ਨੂੰ ਸਕੂਲ ਮੈਨੇਜਮੈਂਟ ਦਾ ਪੇਪਰ, ਇੱਥੇ ਹੀ ਵਾਧੂ ਛੁੱਟੀਆਂ ਤੁਹਾਨੂੰ ਮਿਲ ਗਈਆਂ ਨੇ, ਠੀਕ ਹੈ ਜੀ। 14 ਨੂੰ ਫਿਜ਼ੀਕਲ ਐਜੂਕੇਸ਼ਨ ਦਾ ਪੇਪਰ ਹੈ, 20 ਨੂੰ ਅਲੱਗ ਅਲੱਗ ਪੇਪਰ ਨੇ, ਅਤੇ ਆਪਦੀ ਆਪਦੀ ਜਿਹੜੀ ਡੇਟ ਸ਼ੀਟ ਹੈ ਉਹਨੂੰ ਤੁਸੀਂ ਨੋਟ ਕਰ ਲਓ, ਠੀਕ ਹੈ। ਉਸ ਤੋਂ ਬਾਅਦ ਜੇ ਅਗਰ ਆਪਾਂ ਗੱਲ ਕਰੀਏ ਤੁਹਾਡੇ ਸੈਂਟਰ, ਜਿਵੇਂ ਕਿ ਤੁਹਾਨੂੰ ਪਿਛਲੀ ਵਾਰ ਵੀ ਪਤਾ ਤੁਹਾਡੇ ਕਿਵੇਂ ਐਗਜ਼ਾਮ ਹੋਏ ਸੀ, ਹੈ ਨਾ, ਕਿਹੜਾ ਕਿਹੜਾ ਤੁਹਾਡਾ ਸੈਂਟਰ ਸੀ, ਉਹਦਾ ਤੁਹਾਨੂੰ ਤੁਹਾਡੇ ਕਾਲਜ ਵਾਲਿਆਂ ਨੇ ਦੱਸ ਹੀ ਦੇਣਾ ਵੀ ਕਿੱਥੇ ਤੁਹਾਡੇ ਐਗਜ਼ਾਮ ਹੋਣਗੇ, ਕਿਵੇਂ ਐਗਜ਼ਾਮ ਹੋਣਗੇ, ਇਹ ਥੱਲੇ ਜਿਹੜੀ ਸਾਰੀ ਦੀ ਸਾਰੀ ਉਹਨਾਂ ਦੀ ਜਿਹੜੀ ਹੈ ਇਹ ਲਿਸਟ ਹੈ ਜੀ। ਸੋ ਇਹ ਵਾਲੀ ਜਿਹੜੀ ਡੇਟ ਸ਼ੀਟ ਹੈ ਇਹਨਾਂ ਨੇ ਜਿਹੜੀ ਜਾਰੀ ਹੈ ਉਹ ਕੀਤੀ ਹੈ ਜੀ, 16 ਤਰੀਕ ਨੂੰ ਜਿਹੜੀ ਜਾਰੀ ਡੇਟ ਸ਼ੀਟ ਹੋਈ ਹੈ। ਸੋ ਵੀਡੀਓ ਤੁਹਾਡੇ ਲਈ ਇਹ ਹੈਲਪਫੁਲ ਰਹੇਗੀ ਕਿਉਂਕਿ ਤੁਹਾਨੂੰ ਕੰਪਲੀਟ ਡੇਟ ਸ਼ੀਟ ਪਤਾ ਲੱਗੀ ਹੈ। ਬਾਕੀ ਜੇਕਰ ਕੋਈ ਚੇਂਜ ਹੁੰਦਾ ਹੈ ਤਾਂ ਉਹ ਵੀ ਮੈਂ ਤੁਹਾਨੂੰ ਜਲਦ ਤੋਂ ਜਲਦ ਜਿਹੜੀਆਂ ਉਹ ਵੀ ਵੀਡੀਓਜ਼ ਤੁਹਾਡੇ ਲਈ ਜ਼ਰੂਰ ਅਪਲੋਡ ਕਰਾਂਗੀ। ਹੋਰ ਜਿਹੜੇ ਨੋਟਸ ਆ ਮੈਂ ਤੁਹਾਨੂੰ ਨਹੀਂ ਪ੍ਰੋਵਾਈਡ ਕਰਵਾ ਪਾ ਰਹੀ ਕਿਉਂਕਿ ਮੇਰੇ ਕੋਲ ਟਾਈਮ ਹੀ ਨਹੀਂ ਹੈਗਾ ਸੀਗਾ। ਸੋ ਜਿੰਨਾ ਵੀ ਮੈਂ ਕਰ ਸਕੀ ਮੈਂ ਸਭ ਕੁਝ ਜਿਹੜਾ ਅਪਲੋਡ ਕਰ ਚੁੱਕੀ ਹਾਂ। ਸੋ ਵੀਡੀਓ ਵਧੀਆ ਲੱਗੀ ਹੈ ਤਾਂ ਵੀਡੀਓ ਨੂੰ ਲਾਈਕ ਕਰੋ, ਸ਼ੇਅਰ ਕਰੋ, ਕਮੈਂਟ ਕਰੋ, ਅਤੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਜ਼ਰੂਰ ਕਰ ਦਿਓ, ਤਾਂ ਜੋ ਮੈਂ ਜਦੋਂ ਵੀ ਨਵੀਆਂ ਵੀਡੀਓਜ਼ ਅਪਲੋਡ ਕਰਾਂ ਤਾਂ ਉਹਨਾਂ ਦੇ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕਣ। ਥੈਂਕਸ ਫੋਰ ਵਾਚਿੰਗ।